ਤੁਸੀਂ ਅਕਾਲੀ ਦਲ ਬਾਦਲ ਨਾਲ ਰਹੇ ਹੋ, ਹੁਣ ਜਿਹੜਾ ਇਹ ਵਿਛੋੜਾ ਕਿਸ ਤਰ੍ਹਾਂ? ਨਹੀਂ ਜੀ, ਅਸੀਂ ਤਾਂ ਅਕਾਲੀ ਦਲ ਨਾਲ ਰਹੇ ਹਾਂ ਅਤੇ ਅਕਾਲੀ ਦਲ ਦਾ ਪ੍ਰਧਾਨ ਬਾਦਲ ਸਾਹਿਬ ਸੀ, ਇਸ ਕਰਕੇ ਉਹਦੇ ਨਾਲ ਰਹੇ ਹਾਂ। ਅਤੇ ਹੁਣ ਵੀ ਅਸੀਂ ਜਿਹੜਾ ਵਾ ਅਕਾਲੀ ਦਲ ਦਾ ਤਾਂ ਸਤਿਕਾਰ ਕਰਦੇ ਹਾਂ, ਅਕਾਲੀ ਦਲ ਬਹੁਤ ਕੁਰਬਾਨੀ ਵਾਲੀ ਪਾਰਟੀ ਆ। ਲੇਕਿਨ ਬਾਦਲ ਦੇ ਜਾਣ ਤੋਂ ਬਾਅਦ ਜਦੋਂ ਦਾ ਉਹਦਾ ਲੜਕਾ ਜਾਂ ਇਹ ਵਿਕਰਮ ਜੀ ਦਾ ਜਿਹੜਾ ਇਹ ਆਏ ਨੇ ਮਜੀਠਾ ਸਾਹਿਬ, ਇਹਨਾਂ ਨੇ ਅਕਾਲੀ ਦਲ ਨਹੀਂ ਰਹਿਣ ਤਾਂ ਇੱਕ ਪ੍ਰਾਈਵੇਟ ਕੰਪਨੀ ਆਪਣੀ ਬਣਾ ਲਈ ਆ। ਔਰ ਜੋ ਮਨ ਦੇ ਵਿੱਚ ਚਾਹਿਆ ਉਹ ਕੀਤਾ, ਗਲਤੀਆਂ ਕੀਤੀਆਂ, ਬੇਵਕੂਫੀਆਂ ਕੀਤੀਆਂ, ਜਿਹਦੇ ਨਾਲ ਅਕਾਲੀ ਦਲ ਨੂੰ ਬਹੁਤ ਭਾਰੀ ਨੁਕਸਾਨ ਹੋਇਆ। ਅਤੇ ਔਰ ਰਿਜ਼ਲਟ ਇਹ ਆ ਕਿ 2017 'ਚ ਜਦੋਂ ਇਲੈਕਸ਼ਨ ਹੋਈਆਂ ਤੁਹਾਡੇ ਸਾਹਮਣੇ ਆ ਕਿਹੋ ਜਿਹੀ ਵੱਡੀ ਨਮੋਸ਼ੀ ਭਰੀ ਆ। ਬ੍ਰਹਮਪੁਰ ਜੀ, ਮਾਲਵਾ ਦੇ ਵਿੱਚ ਐਂਟਰੀ ਮਾਰੀ ਹੈ, ਹੁਣ ਤੁਹਾਨੂੰ ਲੱਗਦਾ ਕਿ ਮਾਲਵਾ ਦੇ ਵਿੱਚ ਅਕਾਲੀ ਦਲ ਨੂੰ ਕਾਂਗਰਸ ਉਮੀਦ ਕਰ ਪਾਉਂਗੇ? ਦੇਖੋ ਜੀ, ਯਾਦ ਅਸੀਂ ਤਾਂ ਹੁਣ ਥੋੜ੍ਹਾ ਚਿਹਰਾ ਸ਼ੁਰੂ ਆ ਜਾ ਆਪਣੀ ਪਾਰਟੀ ਹੈ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜਿਹੜੀ ਆ ਬਣਾਈ ਆ। ਪਰ ਅਸੀਂ ਜਿੱਥੇ ਵੀ ਗਏ ਬਹੁਤ ਵੱਡਾ ਸਾਨੂੰ ਹੁੰਗਾਰਾ ਮਿਲਿਆ। ਸਾਨੂੰ ਤਾਂ ਲੱਗਦਾ ਵੀ ਇਹ ਕਈ ਸਾਲ ਪੁਰਾਣੀ ਪਾਰਟੀ ਬਣ ਗਈ ਹੈ, ਜਦੋਂ ਕਿ ਅਜੇ ਥੋੜ੍ਹੇ ਅਜੇ ਦਿਨ ਹੀ ਹੋਏ ਇਸ ਪਾਰਟੀ ਬਣਿਆ ਨੂੰ। ਲੋਕਾਂ ਦਾ ਬਹੁਤ ਵੱਡਾ ਵਾ, ਖਾਸ ਕਰਕੇ ਲੋਕ ਕਾਂਗਰਸ ਦੇ ਵੀ ਖਿਲਾਫ਼ ਔਰ ਬਾਦਲਕਿਆਂ ਦੇ ਖਿਲਾਫ਼ ਹੀ ਖਿਲਾਫ਼, ਬੱਚਾ ਖਿਲਾਫ਼ ਆ। ਲੋਕ ਤੀਜਾ ਬਦਲ ਚਾਹੁੰਦੇ ਨੇ ਔਰ ਤੀਜੇ ਬਦਲ ਵਜੋਂ ਸਾਨੂੰ ਦੇਖਦੇ ਨੇ ਕਿ ਇਹ ਇੱਕ ਪਾਰਟੀ ਆ ਜਿਹੜੀ ਇੱਕ ਪਾਰਟੀ ਦੇ ਤੌਰ 'ਤੇ ਆ, ਇਹਨੂੰ ਤਕੜੇ ਹੋ ਕੇ ਤਕੜਾ ਕਰੀਏ, ਸ਼ਾਇਦ ਇਹ ਕੋਈ ਕਲਿਆਣ ਪੰਜਾਬ ਦਾ ਕਰ ਸਕਦੇ। ਕਈ ਫਰੰਟ ਬਣੇ ਆ, ਤੁਹਾਡਾ ਕਿਸੇ ਨਾਲ ਗੱਲਬਾਤ ਚੱਲ ਰਹੀ ਹੈ? ਚੱਲਦੀ ਹੈ ਜੀ ਸਾਡੀ ਪਹਿਲੇ ਹੋਰਾਨਾ ਮੈਂ ਬ੍ਰਦਰ ਬਹੁਜਨ ਸਮਾਜ ਪਾਰਟੀ ਦੇ ਨਾਲ ਸਾਡੀ ਗੱਲ ਚੱਲਦੀ ਹੈ, ਡਾਕਟਰ ਗਾਂਧੀ ਸਾਹਿਬ ਨਾਲ ਵੀ ਚੱਲਦੀ ਹੈ, ਪਰ ਇਹ ਕੋਈ ਫਾਈਨਲ ਨਹੀਂ ਕੁਛ। ਆਮ ਆਦਮੀ ਪਾਰਟੀ ਨਾਲ ਵੀ ਸਾਡੀ ਗੱਲ ਚੱਲਦੀ ਆ, ਅਜੇ ਟੁੱਟੀ ਨਹੀਂ ਗੀ, ਗੱਲ ਚੱਲਦੀ ਆ ਸਾਡੀ ਉਹਨਾਂ ਨਾਲ, ਬਹੁਤ ਵਧੀਆ ਗੱਲ ਚੱਲਦੀ ਆ। ਪਰ ਕਈ ਗੱਲਾਂ ਇਹ ਹੁੰਦੀਆਂ ਨੇ ਕਿ ਉਹ ਨੈਸ਼ਨਲ ਲੈਵਲ ਦੀ ਪਾਰਟੀ ਆਪਣੇ ਆਪ ਨੂੰ ਸਮਝਦੇ ਆ, ਉਹਨਾਂ ਨੇ ਆਪੋ ਇਸ ਦੀ ਸਲਾਹ ਕਰਨੀ ਹੁੰਦੀ ਹੈ। ਕੋਈ ਇਹ ਤਾਂ ਹੁੰਦੀ ਨਹੀਂ ਬ੍ਰਹਮਪੁਰ ਜਾਂ ਉਹ ਕਰਨਾ, ਅਸੀਂ ਤਾਂ ਚਲੋ ਆਪਣੀ ਸਾਡੀ ਪਾਰਟੀ ਅਸੀਂ ਗੱਲ ਕੀਤੀ। ਸ਼ਾਮਲ ਨਹੀਂ ਹੋਏਗੇ ਉਹਦੇ ਵਿੱਚ ਹੀ? ਸਾਰੀਆਂ ਮੀਟਿੰਗਾਂ ਹੁੰਦੀਆਂ ਡੈਮੋਕ੍ਰੈਟਿਕ ਅਲਾਇੰਸ ਦੇ ਵਿੱਚ। ਜਿਹੜੇ ਤੁਸੀਂ ਹੁਣ ਲੋਕ ਸਭਾ ਉਮੀਦਵਾਰ ਐਲਾਨ ਰਹੇ ਹੋਗੇ, ਤੁਹਾਡੇ ਉਹ ਸਾਂਝੀ ਹੈ? ਨਹੀਂ ਜੀ, ਤੁਸੀਂ ਤਾਂ ਗੱਲ ਨੂੰ ਸਮਝੋ, ਪਾਰਟੀਆਂ ਸਾਡੀਆਂ ਆਪੋ ਆਪਣੀਆਂ ਵਾ, ਜਿਹੜੀਆਂ ਸਾਨੂੰ ਅਲਾਇੰਸ ਤਾਂ ਅਸੀਂ ਇਹ ਆ ਵੀ ਹਰ ਹਲਕੇ ਦੇ ਵਿੱਚ ਇੱਕ ਕੈਂਡੀਡੇਟ ਖੜਾ ਕਰੀਏ, ਅਲਾਇੰਸ ਦਾ ਮਤਲਬ ਤਾਂ ਇਹ ਆ। ਬਾਕੀ ਜਿਹੜੇ ਸਾਡੀਆਂ ਪਾਰਟੀਆਂ ਦੇ ਕੈਂਡੀਡੇਟ ਜਿੱਥੇ ਜਿੱਥੇ ਸਾਨੂੰ ਹਲਕੇ ਅਲੋਟ ਹੋਣਗੇ, ਉੱਥੇ ਉੱਥੇ ਅਸੀਂ ਆਪਣੀ ਪਾਰਟੀ ਦਾ ਕੈਂਡੀਡੇਟ ਖੜਾ ਕਰਾਂਗੇ। ਸਹਿਮਤੀ ਹੋਈ ਜੀ ਕਿਸੇ ਨਾਲ ਵੀ? ਦੇਖੋ ਜੀ, ਕੰਮ ਤੇ ਚੱਲ ਰਿਹਾ ਵਾ, ਗੱਲ ਤੇ ਪਹੁੰਚ ਸੀਟਾਂ ਦੇ ਵੰਡ ਲੈ ਕੇ ਕਰ ਰਹੇ ਜੀ, ਕੋਈ 13 ਸੀਟਾਂ ਪੰਜਾਬ ਦੇ ਵਿੱਚ, 13 ਸੀਟਾਂ ਦੇ ਵਿੱਚ ਕਿਵੇਂ ਕਿਵੇਂ ਤੁਸੀਂ ਸੀਟਾਂ ਦੀ ਵੰਡ ਕਰਨ ਦੇ ਸੋਚਦੇ? ਨਹੀਂ, ਉੱਥੇ ਗੱਲਬਾਤ ਦੇ ਵਿੱਚ ਹੀ ਹੋ ਜਾਂਦਾ ਵਾ, ਜੇ 13 ਸੀਟਾਂ ਦੇ 4 ਅਸੀਂ ਬੰਦੇ ਹਾਂ ਤੇ 3-3 ਸੀਟਾਂ, 2-2 ਸੀਟਾਂ, ਜਿਸ ਤਰ੍ਹਾਂ ਦਾ ਵੀ ਕੋਈ ਜਿੱਤ ਸਕਦਾ ਵੀ ਉਹ ਜਾਂ ਕੈਂਡੀਡੇਟ ਆਪੋ ਇਸ ਦੀ ਸਲਾਹ ਕਰਕੇ ਸਾਰਾ ਕੁਛ ਕਰ। ਤੁਸੀਂ ਕਿੱਥੋਂ ਵਿਚਾਰ ਕੀਤਾ ਜੀ, ਤੁਸੀਂ ਵੀ ਕੈਂਡੀਡੇਟ ਬਣ ਰਹੇ ਹੋ, ਤੁਸੀਂ ਵੀ ਇਲੈਕਸ਼ਨ ਲੜ ਰਹੇ ਹੋ? ਨਹੀਂ, ਤੁਸੀਂ ਕਿੱਥੋਂ? ਅਸੀਂ ਤਾਂ ਜਿੰਨਾ ਚਿਰ ਫਾਈਨਲ ਨਹੀਂ ਹੋਣਾ ਚਿਰ ਵਿਚਾਰ ਨਹੀਂ ਕਰ ਸਕਦੇ, ਜਿਹੜਾ ਚਿਰ ਫਾਈਨਲ ਨਹੀਂ ਕੁਛ ਕਰ ਲੈਂਦੇ ਉਹਨਾਂ ਚਿਰ ਤੱਕ ਵਿਚਾਰ। ਅੱਜ ਇੱਕ ਲੁਧਿਆਣਾ ਦੇ ਵਿੱਚ 12 ਲੋਕਾਂ ਵੱਲੋਂ ਲੜਕੀ ਨਾਲ ਬਲਾਤਕਾਰ ਕੀਤਾ ਗਿਆ, ਉਸ ਨਾਕਾਮਯਾਬੀ ਤੁਸੀਂ ਕਿਸ ਨਾਕਾਮਯਾਬੀ? ਮਾੜੀ ਗੱਲ ਆ ਜੀ, ਜਦੋਂ ਦਾ ਇਹ ਅਮਰਿੰਦਰ ਸਿੰਘ ਦਾ ਰਾਜ ਬਣਿਆ ਵਾ, ਇਹ ਜੰਗਲ ਦਾ ਰਾਜ ਆ, ਇੱਥੇ ਐਵੇਂ ਦਿਨੇ ਰਾਤ ਇਹ ਕਰਦੇ ਨੇਗੇ, ਜੰਗਲ ਦਾ ਰਾਜ ਆ, ਹਾਹਾਕਾਰ ਮੱਚੀ ਪਈ ਆ। ਕੱਲ ਉੱਥੇ ਪਟਿਆਲੇ ਦੇ ਵਿੱਚ ਕੀ ਹਾਲ ਹੋਇਆ, ਰੋਜ਼ ਮੁਲਾਜ਼ਮਾਂ ਦੀ ਕੁੱਟ ਮਾਰ, ਲੋਕਾਂ ਦੇ ਸਿਰਾਂ ਦੇ ਵਿੱਚ ਪਾਣੀ ਦੀਆਂ ਵਿਛਾਲਾਂ ਮਾਰਦੇ ਨੇ, ਕੱਪੜੇ ਪਾੜਦੇ ਨੇ, ਜਨਾਨੀਆਂ ਦੀ ਬੇਇੱਜ਼ਤੀ ਕਰਦੇ ਨੇ, ਸਭ ਕੁਛ ਜੋ ਕੁਛ ਹੋ ਰਿਹਾ, ਹਾਹਾਕਾਰ ਮੱਚੀ ਪਈ ਹੈ।
ਇੱਕ ਨਵੇਂ ਬਣੇ ਡੀ ਜੀ ਪੀ ਦੀ ਤਸਵੀਰ ਹੈ ਜੋ ਅਰੂਸਾ ਨਾਲ ਵਾਇਰਲ ਹੋ ਰਹੀ ਹੈ, ਉਸ ਬਾਰੇ ਤੁਹਾਡਾ ਕੀ ਹੈ? ਡੀ ਜੀ ਪੀ ਦਿਨਕਰ ਗੁਪਤਾ ਨਾਲ ਅਰੂਸਾ ਦੀ ਤਸਵੀਰ ਵਾਇਰਲ ਹੋ ਰਹੀ ਹੈ, ਨਹੀਂ ਪੰਜਾਬ ਦੇ ਨਵੇਂ ਬਣੇ ਡੀ ਜੀ ਪੀ ਹੈ ਨਾ, ਉਹਨਾਂ ਨਾਲ ਵਾਇਰਲ ਹੋ ਰਹੀ ਹੈ ਸਰ, ਤੁਸੀਂ ਉਹਦੇ ਬਾਰੇ ਕੀ ਕਹਿੰਦੇ? ਤੁਸੀਂ ਸ਼੍ਰੋਮਣੀ ਅਕਾਲੀ ਟਕਸਾਲੀ ਬਣਾਇਆ ਹੈਗਾ ਤੇ ਜਿਹੜੀ ਆਉਣ ਵਾਲੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੈਗੀ ਆ, ਉਹਦੇ ਸੰਬੰਧ ਤੁਸੀਂ ਕੀ ਵਿਚਾਰਾਂ ਕੀਤੀਆਂ? ਬਿਲਕੁਲ ਵਿਚਾਰਾਂ ਆ ਵੀ ਉਹ ਡਟ ਕੇ ਲੜਾਂਗੇ, ਬੜੇ ਜ਼ੋਰ ਨਾਲ ਲੜਾਂਗੇ, ਔਰ ਸ਼੍ਰੋਮਣੀ ਅਕਾਲੀ ਦਲ ਜਿਹਾ ਵਾ ਕਮੇਟੀ ਆ, ਕੋਸ਼ਿਸ਼ ਕਰਾਂਗੇ ਵੀ ਇਹਨਾਂ ਨੂੰ ਉੱਥੋਂ ਭਜਾਈਏ ਤੇ ਉੱਥੇ ਚੰਗੇ ਬੰਦਿਆਂ ਦਾ ਜਿਹੜਾ ਵਾ ਤਿਆਰੀ ਕਿਵੇਂ ਕਰੋਗੇ ਜੀ? ਸਾਰੀ ਜਿਹੜੀ ਉਹਨਾਂ ਦੇ ਤਾਂ ਪਹਿਲਾਂ ਹੀ ਵੋਟਰ ਬਹੁਤ ਜ਼ਿਆਦਾ ਹੈਗੇ ਸ਼੍ਰੋਮਣੀ ਅਕਾਲੀ ਦਲ ਦੇ, ਕਾਹਦੇ ਲਈ ਸ਼੍ਰੋਮਣੀ ਕਮੇਟੀ? ਨਹੀਂ, ਸ਼੍ਰੋਮਣੀ ਕਮੇਟੀ ਦੇ ਪਹਿਲੇ ਤੇ ਮੈਂਬਰ ਬਣੇ ਆ, ਜਦੋਂ ਨਵੀਆਂ ਵੋਟਾਂ ਪੈਣਗੀਆਂ ਫਿਰ ਤਾਂ ਨਵੇਂ ਹੀ ਬਣਨਗੇ। ਵੋਟਰਾਂ ਦੀ ਗੱਲ ਕੀਤੀ ਜੀ, ਜਿਹੜੇ ਉਹਨਾਂ ਦੇ ਵੋਟਰ ਪਹਿਲਾਂ ਹੀ ਆਲਰੇਡੀ ਪਹਿਲੇ ਉਹਨਾਂ ਦੇ ਜਿਹੜੀ ਸੈਂਟਰ ਨਾਲ ਉਹਨਾਂ ਦੇ ਲੋਕਾਂ 'ਚ ਜਾਓ, ਲੋਕ ਤਾਂ ਟੀਮਾਂ ਮਾਰਦੇ ਉਹਨਾਂ ਨੂੰ, ਉੱਥੋਂ ਵੋਟਰ ਜਿਹੜੇ ਹੁਣ ਉਹਨਾਂ ਦੇ ਵੋਟਰ ਨਹੀਂ ਰਹੇ, ਵੋਟਰ ਨਹੀਂ ਕਿਸੇ ਦੇ ਵੀ ਹੁੰਦੇ, ਹਵਾਲਾ ਬਦਲ ਜਾਂਦੇ ਆ। ਤੁਸੀਂ ਅਕਾਲੀ ਦਲ ਦੀ ਸੀਟ ਤੋਂ ਸਾਂਸਦ ਬਣੇ ਹੋ, ਤੁਸੀਂ ਅਸਤੀਫਾ ਕਿਉਂ ਨਹੀਂ ਦਿੱਤਾ ਅਜੇ ਤੱਕ? ਕਾਹਦੇ ਤੋਂ ਜੀ? ਜਿਹੜਾ ਸਾਂਸਦ ਦੀ ਤੁਸੀਂ ਸੀਟ ਤੋਂ ਬਣੇ ਹੋ, ਸਾਂਸਦ ਬਣੇ ਹੋ, ਅਕਾਲੀ ਦਲ ਦੀ ਸੀਟ ਤੋਂ ਹੀ ਬਣੇ ਹੋ, ਅਸਤੀਫਾ 2 ਮਹੀਨੇ ਤੇ ਰਹਿ ਗਏ, ਅਸਤੀਫਾ ਤੇ ਜਿਹਨਾਂ ਨੇ ਦਿੱਤੇ ਉਹਨਾਂ ਦੇ ਕਿਹੜੇ ਮਨਜ਼ੂਰ ਹੋ ਗਏ ਆ? 2 ਮਹੀਨੇ ਹੀ 2 ਰਹਿ ਗਏ, ਮਹੀਨਾ ਵੀ ਨਹੀਂ ਹੁਣ ਤੇ ਰਹਿ ਗਿਆ। ਬ੍ਰਹਮਪੁਰੀ ਅਕਾਲੀ ਦਲ ਦੇ ਵਿੱਚ ਹੋਰ ਟਕਸਾਲੀਆਂ ਨਾਲ ਗੱਲ ਹੋਈ ਕਿਸੇ ਨਾਲ ਤੁਹਾਡੀ? ਬਹੁਤ ਲੋਕਾਂ ਨਾਲ ਗੱਲਬਾਤ ਆ, ਬਹੁਤ ਲੋਕ ਤਿਆਰ ਨੇ, ਉਹ ਤਾਂ ਸਿਰਫ ਪਾਰਲੀਮੈਂਟ ਦੀ ਇਲੈਕਸ਼ਨ, ਕੋਈ ਲੋਕਾਂ ਵਾਸਤੇ ਬਹੁਤ ਹੀ ਵੱਡੀ ਇੰਪੋਰਟੈਂਟ ਇਲੈਕਸ਼ਨ ਨਹੀਂ ਹੁੰਦੀ। ਇਲੈਕਸ਼ਨ ਜਿਹੜੀ ਆਉਣੀ ਆ ਉਹ ਸ਼੍ਰੋਮਣੀ ਕਮੇਟੀ ਦੀ ਆਉਣੀ ਆ ਅਤੇ ਵਿਧਾਨ ਸਭਾ ਦੀ ਇਲੈਕਸ਼ਨ ਆਉਣੀ ਆ, ਉਦੋਂ ਤੁਸੀਂ ਵੇਖੋ ਕਿੱਦਾਂ ਲਾਈਨਾਂ ਵੱਜ ਕੇ ਲੋਕ ਆਉਂਦੇ। ਆਪਣਾ ਸੁਖਬੀਰ ਬਾਦਲ ਔਰ ਬਿਕਰਮਜੀਤ ਮਜੀਠੀਆ ਵੀ 2019 ਦੇ ਚੁਣਾਵ ਐਮ ਪੀ ਬਾਰੇ ਲੜ ਰਹੇ ਨੇ, ਉਦੋਂ ਹਰਸਿਮਰਤ ਬਾਦਲ ਵੀ ਲੜ ਰਹੇ ਨੇ, ਕੀ ਤੁਸੀਂ ਸਮਝਦੇ ਹੋ ਪੂਰਾ ਪਰਿਵਾਰ ਐਮ ਪੀ ਉੱਤੇ ਇਲੈਕਸ਼ਨ ਲੜੇਗਾ? ਨਹੀਂ, ਮੇਰਾ ਨਹੀਂ ਖਿਆਲ, ਹਰਸਿਮਰਤ ਬਾਦਲ ਤਾਂ ਲੜੇਗੀ, ਉਹ ਤਾਂ ਲੜੇਗੀ ਕਿਉਂਕਿ ਉਹ ਸਮਝਦੇ ਨੇ ਕਿ ਅਸੀਂ ਭਾਵੇਂ ਇੱਕ ਵੀ ਜਿੱਤ ਜਿੱਤਦੇ, ਮੋਦੀ ਸਾਹਿਬ ਦੀ ਸਰਕਾਰ ਆਈ ਅਤੇ ਸ਼ਾਇਦ ਜਿਹੜਾ ਕਿ ਊਰਜਾ ਬੁੱਲ ਡਿੱਗਣਾ ਨਹੀਂ, ਸ਼ਾਇਦ ਅਸੀਂ ਫਿਰ ਵਜ਼ੀਰ ਬਣ ਜਾਈਏ ਅਤੇ ਸਾਡਾ ਹਲਵਾ ਮੰਡਾ ਜਿਹੜਾ ਫਿਰ 5 ਸਾਲ ਚੱਲਦਾ ਰਹੇ ਪੰਜਾਬ ਦੇ ਵਿੱਚ, ਉਹ ਤਾਂ ਗੱਲ ਕੋਈ ਹੋਣੀ ਨਹੀਂ, ਲੇਕਿਨ ਮੇਰਾ ਖਿਆਲ ਲੜੇਗੀ ਜੀ। ਮਜੀਠੀਆ ਸਾਹਿਬ ਔਰ ਸੁਖਬੀਰ ਬਾਦਲ ਵੀ ਕਹਿ ਰਹੇ ਨੇ ਕਿ ਇਲੈਕਸ਼ਨ ਲੜ ਕੇ, ਸੁਖਬੀਰ ਬਾਦਲ ਨੇ ਕਿਹਾ ਮੈਂ ਫਿਰੋਜ਼ਪੁਰ ਤੋਂ ਇਲੈਕਸ਼ਨ ਲੜਨ ਦੀ, ਕਿੱਥੇ ਲੜਨਾ ਤੁਹਾਡੇ ਸਾਹਮਣੇ ਚਾਹੁੰਦੇ ਹਨ, ਪਤਾ ਲੱਗ ਜਾਣਾ ਕਿੰਨੇ ਲੜਨੇ, ਗੱਲਾਂ ਹੁੰਦੀਆਂ, ਬਾਤਾਂ ਮਜ਼ਾਕ ਕਰਦੇ ਨੇ, ਕਿਤੇ ਸ਼ੱਕ ਛਕਾ ਲੈਂਦੇ ਨੇ, ਬਸ ਇਸ ਤਰ੍ਹਾਂ ਗੱਲਾਂ ਮਾਤੂ ਕਰ। ਸੁਖਦੇਵ ਸਿੰਘ ਢੀਂਡਸਾ ਨੂੰ ਕਿਵੇਂ ਲੈਣੇ ਜੀ, ਕੀ ਤੁਹਾਡੀ ਸਪੋਰਟ ਕਰ ਸਕਦੇ ਹੋ? ਸਾਡੇ ਪੁਰਾਣੇ ਮਿੱਤਰ ਨੇ, ਸਪੋਰਟ ਤਾਂ ਹੁਣ ਉਹਨਾਂ ਨੇ ਕਹਿ ਤਾ ਵੀ ਮੁੰਡਾ ਵੀ ਮਾੜਾ ਵਾ ਪ੍ਰਧਾਨ ਅਤੇ ਪਿਓ ਵੀ ਮਾੜਾ ਅਤੇ ਇਹਨਾਂ ਨੇ ਪੰਜਾਬ ਦਾ ਬੇੜਾ ਗਰਕ ਕਰਤਾ, ਉਹ ਇਹ ਗੱਲ ਤਾਂ ਉਹਨੇ ਕਹਿ ਦਿੱਤੀ ਆ, ਬਾਕੀ ਹੁਣ ਸਾਡੇ ਨਾਲ ਕਦੋਂ ਆਉਂਦੇ ਤੁਸੀਂ ਉਹਨਾਂ ਨੂੰ ਪੁੱਛ ਲਿਓ। ਮਾਲਵਾ 'ਚ ਤੁਸੀਂ ਐਂਟਰੀ ਕੀਤੀ, ਮਾਲਵਾ 'ਚ ਕਿੱਦਾਂ ਦਾ ਤੁਹਾਡਾ ਸਪੋਰਟ ਮਿਲੇਗਾ? ਤੁਹਾਡੇ ਸਾਹਮਣੇ ਮਾਫ਼ ਕਰਨਾ, ਮੇਰਾ ਮਤਲਬ ਵੈਸੇ ਆਪਾਂ ਲੋਕਾਂ ਦਾ ਜਿਹੜਾ ਉਤਸ਼ਾਹ ਵਾ, ਉਤਸ਼ਾਹ ਤੋਂ ਹੀ ਪਤਾ ਲੱਗਦਾ ਨਾ ਵੀ ਕੋਈ ਲੋਕ ਕਿੱਥੇ ਖੜੇ ਨੇ, ਅਜੇ ਤਾਂ ਕੋਈ ਟਾਈਮ ਜ਼ਿਆਦਾ ਰਹਿੰਦਾ। 8 ਦਿਨਾਂ ਦੀ? ਹਾਂਜੀ, 8 ਦਿਨਾਂ ਦੇ ਵਿੱਚ ਇਹ ਰਾਣਾ ਸਾਹਿਬ ਤੁਹਾਡੇ ਲਾਗੇ ਬੈਠੇ ਨੇ, ਤੁਸੀਂ ਇਹਨਾਂ ਦੇ ਲੋਕਾਂ ਦੇ ਵਿੱਚ ਨੇ, ਆਖਰ ਤੇ ਮੈਂ ਨਹੀਂ ਸਮਝਦਾ ਵੀ ਸਾਰੇ ਵੋਟ ਜਿਹੜੇ ਸਾਨੂੰ ਇੱਥੇ ਜਿਹੜੇ ਆਏ ਪਾ ਦੇਣਗੇ, ਪਰ ਫਿਰ ਵੀ ਜੋਸ਼ ਤੇ ਲੋਕਾਂ ਦੇ ਵਿੱਚ ਹੈ ਹੀ ਆ, ਗੱਲ ਤਾਂ ਸਾਡੀ ਸੁਣਨ ਆਈ ਆ, ਇਹਨੂੰ ਆਪਾਂ 2 ਇਕੱਠ ਕਰ ਲੈਣਗੇ ਕਿ ਆ ਜਾ ਸੱਦਿਆ ਤੋਂ ਬਿਨਾਂ ਜੋ ਮਰਜ਼ੀ ਆ ਕੇ ਲੋਕਾਂ ਨੂੰ ਬਾਹਰ ਫੜ ਫੜ ਲਿਆਉਣੇ ਨਹੀਂ ਆਉਣੇ। ਇਹ 2019 ਦੇ ਚੁਣਾਵਾਂ ਦਾ ਮਾਲਵਾ ਦੇ ਵਿੱਚ ਅੱਜ ਬਿਗਲ ਵਜਾਇਆ ਗਿਆ? ਬਿਲਕੁਲ ਬਿਲਕੁਲ। ਧੰਨਵਾਦ।